ਬੋਲਣਾ ਸਟਾਰਟ ਕਰੂੰਗਾ ਮਤਲਬ ਇਹਦੇ ਵਿੱਚ ਸੀਟੀ ਕਰਾਉਣਾ ਜ਼ਰੂਰੀ ਹੈ ਵਿਦਾਊਟ ਸੀਟੀ ਆਪਾਂ ਟ੍ਰੀਟਮੈਂਟ ਨਹੀਂ ਦੇ ਸਕਦੇ ਕਿਉਂਕਿ ਜੇ ਨਾੜੀ ਫਟ ਗਈ ਫਿਰ ਉਹ ਇੰਜੈਕਸ਼ਨ ਨਹੀਂ ਲੱਗਦਾ ਜੇ ਨਾੜੀ ਬਲੌਕ ਹੈ ਫਿਰ ਇੰਜੈਕਸ਼ਨ ਲੱਗੇਗਾ ਕੱਲ੍ਹ ਮੇਰੇ ਮੰਮੀ ਨੂੰ ਇੱਕਦਮ ਲਗਵਾ ਮਾਰ ਗਿਆ ਸੀ ਅਤੇ ਅੱਗੇ ਇਹਨਾਂ ਨੂੰ ਸਿਵਲ ਹੋਸਪਿਟਲ 'ਚ ਲੈ ਕੇ ਆਏ ਅਤੇ ਉਦੋਂ ਇਹ ਉਹਨਾਂ ਨੇ ਆਉਂਦੇ ਸਾਹਿਬ ਡਾਕਟਰ ਸਾਹਿਬ ਜੀ ਨੇ ਸੰਭਾਲ ਲਿਆ ਜਿਹੜੇ ਕਿ ਸਾਡੇ ਇੱਥੇ ਹਿੰਮਤ ਨਹੀਂ ਸੀ 50,000 ਤੱਕ ਦਾ ਇੰਜੈਕਸ਼ਨ ਲਵਾਉਣ ਦੀ ਉਹਨਾਂ ਨੇ ਇੱਕਦਮ ਇੰਜੈਕਸ਼ਨ ਲਾਇਆ ਅਤੇ ਮੇਰੇ ਮੰਮੀ ਦਾ ਹੱਥ ਪੈਰ ਉਹਨੂੰ ਚੱਲਦਾ ਪਹਿਲਾਂ ਇੱਕਦਮ ਰੁਕ ਗਿਆ ਸੀਗਾ ਉਹਦੇ ਤੁਹਾਡੇ ਜਿਹੜਾ ਇਲਾਜ ਆ ਉਹ ਕੋਈ ਪੈਸੇ ਲੱਗੇ ਨੇ ਜਾਂ ਕੀ ਹੋਏ ਨਹੀਂ ਸਾਡੇ ਕੋਈ ਪੈਸਾ ਨਹੀਂ ਲੱਗਿਆ ਫ੍ਰੀ ਹੈ ਬਿਲਕੁਲ ਇੰਨਾ ਮਹਿੰਗਾ ਜਿਹੜਾ ਟੀਕਾ ਵਾ ਜੇ ਕੋਈ ਤੁਸੀਂ ਬਾਹਰ ਜਾਂਦੇ ਲਗਵਾ ਸਕਦੇ ਸੀ ਨਹੀਂ ਨਹੀਂ ਸਾਡੇ ਕੋਈ ਹਿੰਮਤ ਨਹੀਂ ਸੀ ਲਵਾਉਣ ਦੀ 50,000 ਦਾ ਟੀਕਾ ਸੀ ਹੁਣ ਕਿਸ ਤਰ੍ਹਾਂ ਹਾਲਤ ਆ ਤੁਹਾਡੀ ਮੰਮੀ ਦੀ ਮੰਮੀ ਦੇ ਹੱਥ ਪੈਰ ਚੱਲਦੇ ਨੇ ਪਹਿਲਾਂ ਜਮੀ ਰੁਕ ਗਏ ਸੀਗੇ ਘਰੇ ਇੱਕਦਮ ਪੈਨਿਕ ਅਟੈਕ ਆਇਆ ਜਾਂ ਇੱਕਦਮ ਰੁਕ ਗਏ ਸੀਗੇ ਹੁਣ ਡਾਕਟਰ ਸਾਹਿਬ ਜੀ ਨੇ ਡਾਕਟਰ ਸ਼ਾਇਨੀ ਜੀ ਨੇ ਟੀਕਾ ਲਾਇਆ ਬਿਲਕੁਲ ਠੀਕ ਹੋ ਅਤੇ ਹੁਣ ਕਿੱਦਾਂ ਤੁਹਾਡੀ ਹਾਲਤ ਕਿਸ ਤਰ੍ਹਾਂ ਕਹੋਗੇ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਨੇ ਸਰਕਾਰੀ ਹਸਪਤਾਲ ਸਹੂਲਤਾਂ ਬਹੁਤ ਵਧੀਆ ਪਹਿਲਾਂ ਨਾਲ ਬਹੁਤ ਵਧੀਆ ਸਾਡੇ ਕੋਲ ਜਿੱਦਾਂ ਹੈਮੀਪ੍ਰੇਸਿਸ ਮਤਲਬ ਜਿੱਦਾਂ ਲਕਵੇ ਦਾ ਪੇਸ਼ੈਂਟ ਆਉਂਦੇ ਰਹਿੰਦੇ ਆ ਨੋਰਮਲੀ ਵੀ ਬਟ ਹੁਣ ਸਰਕਾਰ ਦੇ ਕੀ ਕਹਿੰਦੇ ਸੀ ਐੱਮ ਸਾਹਿਬ ਦੇ ਆਪਣਾ ਹੈਲਥ ਮਿਨਿਸਟਰ ਸਰ ਡਾਕਟਰ ਬਲਬੀਰ ਸਿੰਘ ਸਾਡੇ ਸਿਵਲ ਸਰਜਨ ਡਾਕਟਰ ਹਰਿੰਦਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਬੇਸਿਸ 'ਤੇ ਕੀ ਕਹਿੰਦੇ ਪੇਸ਼ੈਂਟ ਸਾਡੇ ਕੋਲ ਆਇਆ ਅਤੇ ਹਲੇ ਇਹਦੀ ਟ੍ਰੇਨਿੰਗ ਵੀ ਸਟਾਰਟ ਹੋਣੀ ਹੈ ਬਟ ਪਹਿਲੀ ਵਾਰ ਸਾਡੇ ਕੋਲ ਇਹ ਇੰਜੈਕਸ਼ਨ ਜਿਹੜਾ ਹੈ ਐਲ ਟੀ ਪਲੇਸ ਨਾਮ ਦੇ ਨਾਲ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਪ੍ਰੋਵਾਈਡ ਕੀਤਾ ਜਾ ਰਿਹਾ ਇਹਦੇ ਵਿੱਚ ਜਿੱਦਾਂ ਇੱਕਦਮ ਲਕਵਾ ਮਾਰ ਜਾਂਦਾ ਵਿੰਡੋ ਪੀਰੀਅਡ ਦੇ ਵਿੱਚ 3 ਘੰਟਿਆਂ ਦੇ ਵਿੱਚ ਇਹਨੂੰ ਲਾਉਣਾ ਹੁੰਦਾ ਅਤੇ ਉਹਦੇ ਨਾਲ ਇੱਕਦਮ ਹੀ ਡਰਮੈਟਿਕ ਇੰਪਰੂਵਮੈਂਟ ਹੋ ਜਾਂਦੀ ਬਹੁਤ ਸਾਰੇ ਪੇਸ਼ੈਂਟਸ ਦੇ ਵਿੱਚ ਕੀ ਕਹਿੰਦੇ ਜਿਹੜਾ ਜਿਹੜੀ ਇੱਕਦਮ ਮਸਕੂਲਰ ਵੀਕਨੈਸ ਹੋ ਜਾਂਦੀ ਆ ਉਹ ਜਿਹੜੀ ਆਲਮੋਸਟ ਨੀਅਰ ਨੋਰਮਲ ਆ ਜਾਂਦੀ ਹੈ ਅਤੇ ਸਾਡੇ ਕੋਲ ਪੇਸ਼ੈਂਟ ਲੋਕਲ ਖੰਨੇ ਦਾ ਆਇਆ ਸੀ 50 ਈਅਰਸ ਓਲਡ ਫੀਮੇਲ ਸੀ ਅਤੇ ਉਹਨਾਂ ਨੂੰ ਐਕਿਊਟ ਰਾਈਟ ਪ੍ਰਾਈਟਲ ਇਨਫਾਰਕਟ ਸੀਗਾ ਜਿਹੜਾ ਸੀਟੀ ਅਸੀਂ ਇੱਥੇ ਉਹ ਵੀ ਫੈਸਿਲਿਟੀ ਸਾਡੇ ਕੋਲ ਹੈਗੀ ਆ ਕ੍ਰਿਸ਼ਨਾ ਡਾਇਗਨੋਸਟਿਕਸ ਦੇ ਵਿੱਚ ਅਸੀਂ ਸੀਟੀ ਸਕੈਨ ਕਰਵਾ ਕੇ ਇਹ ਪੇਸ਼ੈਂਟ 8 ਸਾਲ ਪੁਰਾਣਾ ਬਲੱਡ ਪ੍ਰੈਸ਼ਰ ਸ਼ੂਗਰ ਅਤੇ ਕੀ ਕਹਿੰਦੇ ਜਿਹੜਾ ਹੈਗਾ ਪੁਰਾਣਾ ਵੀ ਇਨਫਾਰਕਟ ਸੀਗਾ ਇਹਨਾਂ ਦੇ ਅਤੇ ਹੁਣ ਇੱਕਦਮ ਹੀ ਜਿਹੜੀ ਹੈਗੀ ਆ ਇਹਨਾਂ ਦੀ ਬਾਂਹ ਜਿਹੜੀ ਹੈਗੀ ਆ ਬਹੁਤ ਕਮਜ਼ੋਰ ਜੀ ਹੋਈ ਅਤੇ ਸਾਡੇ ਜਿਹੜੇ ਮੈਡੀਕਲ ਸਪੈਸ਼ਲਿਸਟ ਹੈਗੇ ਆ ਡਾਕਟਰ ਸ਼ਾਇਨੀ ਅਗਰਵਾਲ ਉਹਨਾਂ ਨੇ ਇਹ ਟੀਕਾ ਹਲੇ ਕਿ ਟ੍ਰੇਨਿੰਗ ਜਿਹੜੀ ਹੈਗੀ ਆ 7 ਤਰੀਕ ਤੋਂ ਹੋਣੀ ਹੈ ਸਟ੍ਰੋਕ ਪ੍ਰੋਗਰਾਮ ਦੀ ਜਿਹਦੇ ਵਿੱਚ ਇਹਨਾਂ ਨੇ ਜਾਣਾ ਉਸ ਤੋਂ ਪਹਿਲਾਂ ਹੀ ਇਹ ਇੰਜੈਕਸ਼ਨ ਜਿਹੜਾ ਹੈ ਲਾ ਦਿੱਤਾ ਗਿਆ ਔਰ ਮਰੀਜ਼ ਨੂੰ ਕਾਫੀ ਫਾਇਦਾ ਇੰਜੈਕਸ਼ਨ ਕਿੰਨੇ ਦਾ ਪ੍ਰਾਈਸ ਕੀ ਇਹ ਆਲਮੋਸਟ 34-35 ਹਜ਼ਾਰ ਰੁਪਏ ਦਾ ਇੰਜੈਕਸ਼ਨ ਹੈ ਜਿਹੜਾ ਫ੍ਰੀ ਆਫ ਕੋਸਟ ਸਾਨੂੰ ਪ੍ਰੋਵਾਈਡ ਕੀਤਾ ਜਾਂਦਾ ਬਾਕੀ ਡਾਕਟਰ ਸ਼ਾਇਨੀ ਤੁਹਾਨੂੰ ਦੱਸਣਗੇ ਤੇ ਪੇਸ਼ੈਂਟ ਦੀ ਕੰਡੀਸ਼ਨ ਕਿਦਾਂ ਜੀ ਅੱਗੇ ਨਾਲੋਂ ਬਹੁਤ ਇੰਪਰੂਵਡ ਹੈ ਬਾਕੀ ਡਾਕਟਰ ਸਾਹਿਬ ਜਿਹੜੇ ਸਪੈਸ਼ਲਿਸਟ ਅੱਗੇ ਉਹ ਦੱਸਣਗੇ ਸੀਗਾ ਕੱਲ੍ਹ ਅਰਾਊਂਡ 11-12 ਵਜੇ ਦੇ ਕਰੀਬ ਇੱਕ ਪੇਸ਼ੈਂਟ ਆਇਆ ਸੀਗਾ ਫੀਮੇਲ ਸੀਗੀ 50 ਸਾਲ ਦੀ ਉਹਨੂੰ ਲਕਵੇ ਦਾ ਸ਼ਿਕਾਰ ਹੋਇਆ ਸੀਗਾ ਮਤਲਬ ਉਹਦੀ ਖੱਬੀ ਬਾਂਹ ਅਤੇ ਖੱਬਾ ਪੈਰ ਨਹੀਂ ਚੱਲ ਰਿਹਾ ਸੀਗਾ ਆਮ ਤੌਰ 'ਤੇ ਆਹ ਜਿਹੜਾ ਪੇਸ਼ੈਂਟ ਮਤਲਬ ਜਿਹੜਾ ਲਕਵਾ ਹੋ ਜਾਂਦਾ ਸਾਰੀ ਉਮਰ ਲਈ ਰਹਿੰਦਾ ਹੈ ਪਰ ਲੱਕੀਲੀ ਪੇਸ਼ੈਂਟ ਆਪਣੇ ਕੋਲ ਟਾਈਮ ਸਿਰ ਆ ਗਿਆ ਇੱਕ ਆਪਾਂ ਵਿੰਡੋ ਪੀਰੀਅਡ ਕਹਿੰਦੇ ਹੁੰਦੇ ਹਾਂ ਅਰਾਊਂਡ 4.5 ਘੰਟੇ ਦੇ ਆਸ ਪਾਸ ਇੱਕ ਵਿੰਡੋ ਪੀਰੀਅਡ ਹੁੰਦੀ ਹੈ ਜੇ ਉਹ ਆਪਣੇ ਕੋਲ ਉਹ ਪੇਸ਼ੈਂਟ ਆ ਜਾਵੇ ਤਾਂ ਆਪਾਂ ਜਿਹੜਾ ਬੇਸਿਕਲੀ ਕੀ ਹੁੰਦਾ ਕਿ ਦਿਮਾਗ ਦੇ ਵਿੱਚ ਜਿਹੜੀ ਬ੍ਰੇਨ ਦੀ ਆਰਟਰੀ ਹੁੰਦੀ ਹੈ ਉਹ ਬਲੌਕ ਹੋ ਜਾਂਦੀ ਹੈ ਉਹ ਬਲੌਕ ਨੂੰ ਆਪਾਂ ਖੋਲ੍ਹਣਾ ਹੁੰਦਾ ਆਪਣੇ ਕੋਲ ਸਰਕਾਰ ਨੇ ਇੱਕ ਟੀਕਾ ਦਿੱਤਾ ਹੋਇਆ ਹੈ ਜਿਹਦੇ ਨਾਲ ਜੇ ਆਪਾਂ ਟਾਈਮ ਸਿਰ ਵਿੰਡੋ ਪੀਰੀਅਡ ਵਿੱਚ ਲਗਾ ਦਈਏ ਤਾਂ ਉਹਦਾ ਬਲੌਕ ਖੁੱਲ੍ਹ ਸਕਦਾ ਹੈ ਲੱਕੀਲੀ ਪੇਸ਼ੈਂਟ ਆਪਣੇ ਕੋਲ ਟਾਈਮ ਸਿਰ ਆ ਗਿਆ ਸੀਗਾ ਮੈਂ ਆਇਆ ਸੀਗਾ ਅਤੇ ਉਹਨੂੰ ਦੇਖਿਆ ਸਭ ਤੋਂ ਪਹਿਲਾਂ ਆਪਣੇ ਇਸ ਪੇਸ਼ੈਂਟ ਦਾ ਸੀਟੀ ਕਰਾਉਣਾ ਪੈਂਦਾ ਹੈ ਜਾਂ ਤਾਂ ਬ੍ਰੇਨ ਦੀ ਨਾੜੀ ਫਟ ਸਕਦੀ ਹੈ ਬ੍ਰੇਨ ਦੀ ਨਾੜੀ ਬਲੌਕ ਹੋ ਸਕਦੀ ਹੈ ਅਤੇ ਜੇ ਬ੍ਰੇਨ ਦੀ ਨਾੜੀ ਬਲੌਕ ਹੋਵੇ ਤਾਂ ਉਹਦੇ ਵਿੱਚ ਆਪਾਂ ਇੰਜੈਕਸ਼ਨ ਲਗਾ ਸਕਦੇ ਹਾਂ ਮਤਲਬ ਜੇ ਆਪਾਂ ਬਾਈ ਚਾਂਸ ਇੰਜੈਕਸ਼ਨ ਨਹੀਂ ਲਗਾਉਂਦੇ ਤਾਂ ਪੇਸ਼ੈਂਟ ਸਾਰੀ ਉਮਰ ਲਈ ਹੀ ਲਕਵਾ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਆਪਾਂ ਮਤਲਬ ਸਾਰੇ ਚੀਜ਼ ਪੈਰਾਮੀਟਰਸ ਨੂੰ ਮੋਨੀਟਰ ਕੀਤਾ ਅਤੇ ਆਪਾਂ ਉਹਦੇ ਪੇਸ਼ੈਂਟ ਦਾ ਇੰਜੈਕਸ਼ਨ ਲਗਾਇਆ ਮਤਲਬ ਸਟਾਰਟਿੰਗ 'ਚ ਉਹਦੀ ਮਤਲਬ ਕਾਫੀ ਜ਼ਿਆਦਾ ਵੀਕਨੈਸ ਸੀ ਇੰਜੈਕਸ਼ਨ ਆਪਾਂ 1 ਘੰਟੇ ਦੇ ਵਿੱਚ ਦੇਣਾ ਹੁੰਦਾ ਹੈ ਜੋ ਉਹ ਦਿੱਤਾ ਤਾਂ ਪੇਸ਼ੈਂਟ ਦੀ ਕਾਫੀ ਵੀਕਨੈਸ ਠੀਕ ਹੋ ਗਈ ਮਤਲਬ ਪੇਸ਼ੈਂਟ ਅੱਗੇ ਨਾਲੋਂ ਬਹੁਤ ਜ਼ਿਆਦਾ ਠੀਕ ਹੋ ਗਿਆ ਇਹੀ ਜੇ ਪੇਸ਼ੈਂਟ ਪ੍ਰਾਈਵੇਟ ਸੈਟਅਪ ਜਾਵੇ ਤਾਂ 1,00,000 ਰੁਪਏ ਦਾ ਖਰਚਾ ਹੈਗਾ ਤਾਂ ਮਤਲਬ ਆਪਾਂ ਸਰਕਾਰ ਦੇ ਮਤਲਬ ਬਹੁਤ ਅੱਛੀ ਇਹ ਪਹਿਲ ਹੈਗੀ ਹੈ ਕਿ ਆਪਾਂ ਇੰਜੈਕਸ਼ਨ ਆਪਣੇ ਕੋਲ ਆ ਰਿਹਾ ਅਤੇ ਆਪਾਂ ਮਰੀਜ਼ ਨੂੰ ਆਪਾਂ ਇਹ ਸੁਵਿਧਾ ਦੇ ਪਾ ਰਹੇ ਹਾਂ ਮਤਲਬ ਇਟ ਇਜ਼ ਵੈਰੀ ਲੱਕੀ ਕਿ ਪੇਸ਼ੈਂਟ ਹੁਣ ਕਾਫੀ ਹੱਦ ਤੱਕ ਮਤਲਬ ਉਹਦੀ ਪੂਰੀ ਫੁੱਲ ਪਾਵਰ ਹੋ ਗਈ ਹੈ ਜਦੋਂ ਆਪਣੇ ਕੋਲ ਆਇਆ ਸੀ ਉਹ ਬਿਲਕੁਲ ਹੱਥ ਅਤੇ ਪੈਰ ਚੁੱਕ ਨਹੀਂ ਸਕਦਾ ਸੀ ਖੱਬੇ ਪਾਸੋਂ ਮਤਲਬ ਜ਼ਿਆਦਾਤਰ ਕੀ ਹੁੰਦਾ ਕਿ ਜਿਹੜੇ ਪੇਸ਼ੈਂਟ ਨੂੰ BP ਹੈ ਸ਼ੂਗਰ ਕਾਫੀ ਦੇਰ ਤੋਂ ਹੈ ਉਹਨਾਂ ਦਾ ਖੂਨ ਗਾੜਾ ਹੋ ਜਾਂਦਾ ਜਿਹਦੇ ਕਰਕੇ ਨਾੜੀਆਂ ਬਲੌਕ ਹੋ ਜਾਂਦੀਆਂ ਅਤੇ ਆਪਾਂ ਨੂੰ ਮਤਲਬ ਮੇਰਾ ਸਾਰੀ ਪਬਲਿਕ ਨੂੰ ਸਿਰਫ ਇੱਕ ਆਹੀ ਮੈਸੇਜ ਹੈ ਕਿ ਜੇ ਆਪਣੇ ਕੋਲ BP ਹੈ ਸ਼ੂਗਰ ਹੁੰਦਾ ਉਹਨੂੰ ਅਣਗਹਿਲੀ ਨਾ ਕੀਤੀ ਜਾਵੇ ਉਹਦੀ ਪ੍ਰੋਪਰ ਇਲਾਜ ਕਰਾਇਆ ਜਾਵੇ ਤਾਂ ਕਿ ਆਪਾਂ ਨੂੰ ਅੱਗੇ ਜਾ ਕੇ ਇਹ ਦਿੱਕਤ ਨਾ ਆਵੇ ਤਾਂ ਮੈਂ ਆਪਣੇ SMO ਸਾਹਿਬ ਦਾ ਵੀ ਕਾਫੀ ਧੰਨਵਾਦ ਕਰਦਾ ਕਿ ਇਹਨਾਂ ਦੇ ਨੇਤਰਤਵ ਦੇ ਵਿੱਚ ਵੀ ਸਾਰਾ ਸਰ ਨੇ ਇੰਨੀ ਅੱਛੀ ਸੁਵਿਧਾ ਪ੍ਰੋਵਾਈਡ ਕੀਤੀ ਹੈ ਕਿ ਸਾਰਾ ਮੈਂ ਅੱਛੇ ਤਰੀਕੇ ਨਾਲ